people which know who Arya hai. Suddenly, Duki ka girl hai. Ek din da girl nahi. Teen mahina. Kanpur which gadbad ho rahi hai. ਇਸ ਹਮਾਰਾ ਇਸ ਸਾਡਾ ਸਾਡੀ ਪ੍ਰਾਰਥਨਾ ਔਰ ਸਾਡੀ ਮੇਰਾ ਨਾਮ ਰਾਜਵੀਰ ਗਿੱਲ ਹੈ ਢੀਣਾ ਚਿੱਤੇਬਣ ਤੋਂ ਆਇਆ ਅਸੀਂ ਜਿਸ ਤਰ੍ਹਾਂ ਸਾਰੇ ਜਾਣਦੇ ਹਾਂ ਸੋਸ਼ਲ ਮੀਡੀਆ ਤੋਂ ਜਾਂ ਵੱਖ ਵੱਖ ਚੈਨਲਾਂ ਤੋਂ ਸਾਨੂੰ ਇਹ ਖਬਰ ਮਿਲਦੀ ਹੈ ਕਿ ਮਨੀਪੁਰ ਦੇ ਵਿੱਚ ਔਰਤਾਂ 'ਤੇ ਔਰ ਦਲਿਤ ਔਰ ਕ੍ਰਿਸ਼ਨਾ 'ਤੇ ਬਹੁਤ ਜ਼ਿਆਦਾ ਅੱਤਿਆਚਾਰ ਹੋ ਰਿਹਾ ਉੱਥੇ ਲੋਕਾਂ ਨੂੰ ਵੱਢਿਆ ਜਾ ਰਿਹਾ ਲੋਕਾਂ ਨੂੰ ਮਾਰਿਆ ਜਾ ਰਿਹਾ ਔਰਤਾਂ ਨੂੰ ਔਰਤਾਂ ਦੀ ਬੇਅਦਬੀ ਕੀਤੀ ਜਾ ਰਹੀ ਗੈਂਗ ਰੇਪ ਹੋ ਰਹੇ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਇਹਨਾਂ ਸਾਰੇ ਜ਼ੁਲਮਾਂ ਦਾ ਅਸੀਂ ਵਿਦਰੋਹ ਕਰਦੇ ਹਾਂ ਰੋਸ ਪ੍ਰਗਟ ਕਰਦੇ ਹਾਂ ਅਤੇ ਗੱਲ ਕੀ ਆ ਕਿ ਉੱਥੇ ਜਿਹੜੀ BJP ਸਰਕਾਰ ਆ ਉਹ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੇ ਲਈ ਨਾਕਾਮਯਾਬ ਹੋਈ ਆ ਐਮ ਵਰਿੰਦਰ ਸਿੰਘ ਜੋ ਉੱਥੇ ਦਾ ਚੀਫ ਮਿਨਿਸਟਰ ਆ ਉਹਨੂੰ ਜਦੋਂ ਕਿਸੇ ਚੈਨਲ ਵਾਲੇ ਨੇ ਕੰਟੈਕਟ ਕੀਤਾ ਕਿ ਇੱਦਾਂ ਤੁਹਾਡੇ ਇਲਾਕੇ ਵਿੱਚ ਇਹ ਕੁਛ ਹੋ ਰਿਹਾ ਉਹ ਕਹਿੰਦਾ ਕਿ ਮੈਂ ਕੀ ਕਰ ਸਕਦਾ ਕਿਉਂਕਿ ਇੱਥੇ ਹਜ਼ਾਰਾਂ ਕੇਸ ਇੱਦਾਂ ਦੇ ਹੋ ਚੁੱਕੇ ਆ ਅਸੀਂ ਮੰਗ ਕਰਦੇ ਹਾਂ ਕਿ ਉਹ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਅਤੇ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ਤਾਂ ਜੋ ਔਰਤਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾ ਸਕੇ ਅੱਜ ਕਿਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਅੱਜ ਅਸੀਂ ਇੱਥੇ ਅੱਜ ਤਾਂ ਸ਼ਾਂਤੀਪੂਰਵਕ ਹੀ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਕਿ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕੇਂਦਰ ਸਰਕਾਰ ਨੂੰ ਅਤੇ ਮਨੀਪੁਰ ਦੀ ਸਰਕਾਰ ਨੂੰ ਕਿ ਇਹ ਅੱਤਿਆਚਾਰ ਜੋ ਕਰੀਬ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਜੋ ਅੱਤਿਆਚਾਰ ਹੋ ਰਿਹਾ ਅੱਤਿਆਚਾਰ ਬੰਦ ਕੀਤਾ ਜਾਵੇ ਅਤੇ ਜਿਹਨਾਂ 'ਤੇ ਅੱਤਿਆਚਾਰ ਹੋਇਆ ਹੈ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਇਹ ਮੰਗ ਕਰਦੇ ਜੀ ਸਰ ਆਪਣਾ ਨਾਮ ਮੈਂ ਫਾਦਰ ਆਂਟਨੀ ਹੈ ਜਲੰਧਰ ਸ਼ਹਿਰ ਦੇ ਇਲਾਕੇ ਦਾ ਇੰਚਾਰਜ ਹੈ ਫਾਦਰ ਸਰ ਅੱਜ ਕਾਲਜ ਵਿੱਚ ਜਿਹੜੇ ਆ ਵੱਡਾ ਕੱਟ ਕੀਤਾ ਜਾ ਰਿਹਾ ਕੀ ਕਾਰਨ ਨੇ ਅਤੇ ਕਿਸ ਨੂੰ ਲੈ ਕੇ ਕੀਤਾ ਜਾ ਰਿਹਾ ਦੇਖੋ ਸਾਨੂੰ ਸਾਰਿਆਂ ਨੇ ਪਤਾ ਪਿਛਲੇ 2 ਮਹੀਨੇ ਸੇ ਮਣੀਪੁਰ ਦੇ ਵਿੱਚ ਉਹਨਾਂ ਮਾਸੂਮ ਲੋਕਾਂ ਦੇ ਖਿਲਾਫ ਜੋ ਅੱਤਿਆਚਾਰ ਹੋ ਰਹੇ ਉਹਦੇ ਵਿੱਚ ਵਿਸ਼ੇਸ਼ ਤੌਰ 'ਤੇ ਜੋ ਔਰਤਾਂ ਦੇ ਖਿਲਾਫ ਇਹਨਾਂ ਦਿਨਾਂ ਦੇ ਵਿੱਚ ਅਸੀਂ ਵੀਡੀਓ ਦੇ ਵਿੱਚ ਦੇਖਾਂ ਕਿਵੇਂ 2 ਔਰਤਾਂ ਨੂੰ ਨੰਗਾ ਕਰਕੇ ਉਹਨਾਂ ਨੇ ਉਹਨਾਂ ਦੇ ਔਰਤਾਂ ਦੇ ਉੱਤੇ ਅੱਤਿਆਚਾਰ ਕਰ ਰਹੇ ਇਹ ਸਭ ਮੁੱਦੇ ਦੇਖ ਕੇ ਅਸੀਂ ਆਪਣਾ ਰੋਸ ਪ੍ਰਗਟ ਕਰਨਾ ਹੈ ਅਤੇ ਨਾਲੇ ਮਣੀਪੁਰ ਦੇ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਨ ਲਈ ਅੱਜ ਦੇ ਇਸ ਮਹਾਰਾਲੀ ਦਾ ਆਯੋਜਨ ਕੀਤਾ ਹੈ ਸਰ ਅੱਜ ਇੱਥੇ ਕੌਣ ਕੌਣ ਪਹੁੰਚ ਰਿਹਾ ਕਿੱਥੋਂ ਕਿੱਥੋਂ ਆ ਰਹੇ ਲੋਕ ਦੇਖੋ ਇਹ ਉਹਨਾਂ ਸਾਰੇ ਲੋਕਾਂ ਦਾ ਇਕੱਠ ਹੈ ਜੋ ਕੋਈ ਧਰਮ ਦੇ ਜਾਂ ਹੋਰ ਕੋਈ ਪੋਲੀਟੀਕਲ ਪਾਰਟੀ ਦੇ ਅਹੁਦਾ ਨਹੀਂ ਹੈ ਇਹ ਉਹਨਾਂ ਸਾਂਝੇ ਲੋਕਾਂ ਹੈ ਜੋ ਆਪਣੇ ਇੰਡੀਆ ਦੇ ਵਿੱਚ ਸ਼ਾਂਤੀ ਦਾ ਮਾਹੌਲ ਦੇ ਸਾਡੇ ਕੌਨਸਟੀਟਿਊਸ਼ਨ ਦੇ ਮੁਤਾਬਿਕ ਜੋ ਲੋਕਾਂ ਨੂੰ
ਉਹਨਾਂ ਦੀ ਇੱਜ਼ਤ ਅਤੇ ਆਦਰ ਕਾਇਮ ਰੱਖਣਾ ਚਾਹੁੰਦੇ ਉਹਨਾਂ ਲੋਕਾਂ ਦੀ ਇੱਕ ਹਟਾਈ ਹੈ। ਸਰ ਕੀ ਰੋਸ਼ ਤੁਸੀਂ ਅੰਦਰ ਕਿੱਥੇ ਜਾਓਗੇ, ਬਾਹਰ ਹਾਈਵੇ ਵੱਲ ਵੀ ਜਾਇਆ ਜਾਓ? ਅਸੀਂ ਤਾਂ ਇਕੱਠੇ ਹੋ ਕੇ ਬਾਅਦ ਵਿੱਚ ਅਸੀਂ ਸੜਕ ਵੱਲ ਜਾਵਾਂਗੇ, ਪਰ ਅਸੀਂ ਕੋਈ ਸੜਕ ਜਾਮ ਨਹੀਂ ਕਰਨਾ, ਕੋਈ ਟ੍ਰੈਫਿਕ ਕਿਸੇ ਆਮ ਲੋਕਾਂ ਨੂੰ ਮੁਸ਼ਕਿਲ ਨਹੀਂ ਪਹੁੰਚਾਉਣਾ। ਅਸੀਂ ਸ਼ਾਂਤਮਈ ਹਾਲਤ ਦੇ ਵਿੱਚ ਇਹ ਆਪਣਾ ਰੋਸ਼ ਪ੍ਰਗਟ ਕਰਨਾ ਹੈ। ਅਟੈਕ ਹੋ ਰਿਹਾ ਆ ਵੀ ਕੋਈ ਕਾਨੂੰਨ ਵਿਵਸਥਾ ਨਹੀਂ ਆ, ਕੋਈ ਕਿਸੇ ਨੂੰ ਕੋਈ ਡਰ ਨਹੀਂ ਆ। ਅੱਜ ਨਾ ਹੀ ਮਣੀਪੁਰ ਦੀ ਲੋਕਲ ਗੌਰਮੈਂਟ ਦਾ ਲੋਕਾਂ 'ਤੇ ਪ੍ਰਭਾਵ ਆ ਅਤੇ ਨਾ ਹੀ ਸੈਂਟਰ ਗੌਰਮੈਂਟ ਦਾ, ਜਿਹਨਾਂ ਦੱਸਣ ਆਵਾਜ਼ ਚੁੱਕਣ ਦੇ ਲਈ ਅਤੇ ਇੱਕ ਮੈਸੇਜ ਦੇਣ ਦੇ ਲਈ ਪ੍ਰਦਰਸ਼ਨ ਪੰਜਾਬ ਦੇ ਪੂਰੇ ਪੰਜਾਬ 'ਚ ਕੀਤਾ ਜਾ ਰਿਹਾ ਆ। ਅੱਜ ਇੱਧਰ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਵਾਲਾ ਇਲਾਕਾ, ਸਾਰਾ ਇੱਧਰਲਾ ਇਲਾਕਾ ਇੱਥੇ ਟ੍ਰਿਨਿਟੀ ਕਾਲਜ ਡਾਇਸਿਸ ਦੀ ਅਗਵਾਈ ਦੇ ਵਿੱਚ ਇਕੱਠੇ ਹੋਏ ਨੇ। ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ, ਧਾਰੀਵਾਲ ਅਤੇ ਫਿਰੋਜ਼ਪੁਰ ਵੀ ਅੱਜ ਵੱਡੇ ਪ੍ਰੋਟੈਸਟ ਉਲੀਕੇ ਗਏ ਨੇ ਤਾਂ ਕਿ ਸਰਕਾਰ ਦਾ ਖਾਸ ਧਿਆਨ ਹੋਵੇ। ਇਦੂ ਬਾਅਦ ਪਹਿਲਾਂ ਕਿ ਲੋਕ ਆ ਕੇ ਸੜਕਾਂ 'ਤੇ ਬੈਠ ਜਾਣ, ਸਰਕਾਰ ਨੂੰ ਧਿਆਨ ਦੇਣਾ ਪੈਣਾ ਅਤੇ ਇਨਸਾਫ ਕਰਨਾ ਪੈਣਾ।